क्षत्रिय काल ਤੁਸੀਂ ਦੇਖ ਰਹੇ ਹੋ ਦਪਨਜਾਬ ਟੀਵੀ ਤਮਿਆ ਜੱਜ ਸਿੰਘ ਚਾਹਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਲਗਾਤਾਰ ਨਿਯੁਕਤੀ ਪੱਤਰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ ਹੁਣ ਚੰਡੀਗੜ੍ਹ ਦੇ ਮਿਊਨਿਸਪਲ ਭਵਨ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ 360 ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੰਡੇ ਗਏ ਨੇ ਇਸ ਪ੍ਰੋਗਰਾਮ ਦੇ ਵਿੱਚ ਨਵੀਆਂ ਨੌਕਰੀਆਂ ਤੇ ਲੱਗੇ ਜਵਾਨਾਂ ਨੂੰ ਸੰਬੋਧਨ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ ਅਤੇ ਆਪਣੇ ਸੰਬੋਧਨ ਦੇ ਵਿੱਚ ਉਹਨਾਂ ਨੇ ਮੁੱਖ ਤੌਰ ਤੇ 10 ਗੱਲਾਂ ਆਖੀਆਂ ਜਿਹੜੀਆਂ ਕਿ ਤੁਹਾਡੇ ਲਈ ਜਾਣਣੀਆਂ ਬਹੁਤ ਜ਼ਰੂਰੀ ਨੇ ਉਹਨਾਂ 10 ਗੱਲਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਆਖੀ ਗਈ ਹੈ ਕਿ ਮੈਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਬਣਦਿਆਂ ਸਾਰ ਹੀ ਸਭ ਤੋਂ ਪਹਿਲਾਂ ਬੇਰਜ ਦੂਰ ਕਰਨ ਲਈ ਹਰਾ ਪੈਨ ਚਲਾਵਾਂਗਾ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਆਪਣੇ ਵਾਅਦੇ ਤੇ ਪੂਰਾ ਉਤਰ ਰਿਹਾ ਹਾਂ ਲਗਾਤਾਰ ਮੇਰੇ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੇ ਲਈ ਹਰਾ ਪੈਨ ਚਲਾਇਆ ਜਾ ਰਿਹਾ ਹੈ ભગવંતમાન ਨੇ ਜਾਣਕਾਰੀ ਦਿੱਤੀ ਇੱਥੇ ਅੰਕੜੇ ਵੀ ਜਾਰੀ ਕੀਤੇ ਭਗਵੰਤਮਾਨ ਕਹਿੰਦੇ ਨੇ 16 ਮਾਰਚ ਨੂੰ ਜਦੋਂ ਮੈਂ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਦੀ ਸਹੁ ਚੁੱਕੀ ਸੀ ਉਦੋਂ ਤੋਂ ਲੈ ਕੇ 11 ਅਕਤੂਬਰ ਤੱਕ ਮੈਂ 18543 ਸਰਕਾਰੀ ਨੌਕਰੀਆਂ ਦੇ ਚੁੱਕਾ ਹਾਂ ਅਤੇ ਇਹ ਸਾਡੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇੰਨੀ 체ਤੀ ਕੋਈ ਵੀ ਸਰਕਾਰ ਇੰਨੀਆਂ ਨੌਕਰੀਆਂ ਨਹੀਂ ਦਿੰਦੀ ਹੈ ਭਗਵੰਤਮਾਨ ਨੇ ਕਿਹਾ ਕਿ ਮੈਂ ਕੋਈ ਐਵੇਂ ਅੰਕੜਾ ਨਹੀਂ ਦੇਣਾ ਚਾਹ ਦਾ ਇਹ ਸਰਕਾਰੀ ਅੰਕੜਾ ਹੈ 18543 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਅਤੇ ਹੁਣ ਹੋਰ ਵੀ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਦੇ ਪੇਪਰ ਹੋਣ ਵਾਲੇ ਨੇ ਅਤੇ ਕੁਝ ਦੇ ਟੈਸਟ ਬਾਕੀ ਨੇ ਕੁਝ ਦੇ ਇੰਟਰਵਿਊਜ਼ ਬਾਕੀ ਨੇ ਉਹਨਾਂ ਨੂੰ ਵੀ ਫਿਰ ਸਰਕਾਰੀ ਨੌਕਰੀਆਂ ਤੇ ਰੱਖ ਲਿਆ ਜਾਵੇਗਾ ਸਾਡੀ ਸਰਕਾਰ ਦੇ ਵੱਲੋਂ ਲਗਾਤਾਰ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਆਖੀ ਗਈ ਹੈ ਦੂਜੀ ਗੱਲ ਉਹਨਾਂ ਨੇ ਆਖੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਹੀ ਛੱਡਾਂਗੇ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ 36000 ਦੇ ਕਰੀਬ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਦੇ ਵਿੱਚੋਂ ਸਾਡੀ ਸਰਕਾਰ ਨੇ 8736 ਨੂੰ ਪੱਕਿਆਂ ਕਰ ਦਿੱਤਾ ਹੈ ਰੈਗੂਲਰ ਕਰ ਦਿੱਤਾ ਹੈ ਅਤੇ ਸਰਕਾਰ ਦੇ ਵੱਲੋਂ ਉਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਮਤਲਬ ਹੈ ਕਿ ਸਾਡੀ ਸਰਕਾਰ ਨੇ ਇਸ ਪਾਸੇ ਵੱਲ ਵੀ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਭਗਵੰਤ ਮਾਨ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਰਹੀਆਂ ਵੇਖ ਲਓ ਅਸੀਂ ਤਾਂ 6 ਮਹੀਨਿਆਂ ਦੇ ਵਿੱਚ ਹੀ 8736 ਕੱਚੇ ਮੁਲਾਜ਼ਮ ਪੱਕੇ ਕਰ ਵੀ ਦਿੱਤੇ ਨੇ ਪਹਿਲੀਆਂ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਕਰਦੀਆਂ ਸਨ ਜੇਕਰ ਕਰਦੀਆਂ ਵੀ ਸਨ ਤਾਂ ਕੋਰਟ ਦੇ ਵਿੱਚ ਜਾ ਕੇ ਮਾਮਲਾ ਫਸ ਜਾਂਦਾ ਸੀ ਸਾਨੂੰ ਵੀ 6 ਮਹੀਨੇ ਇਸੇ ਕਰਕੇ ਲੱਗੇ ਨੇ ਅਤੇ ਹੋਰ ਵੀ ਜੋ ਸਮਾਂ ਲੱਗ ਰਿਹਾ ਇਸੇ ਕਰਕੇ ਲੱਗ ਰਿਹਾ ਹੈ ਕਿ ਕਾਨੂੰਨੀ ਦਾ ਪੇਚ ਦੇ ਵਿੱਚ ਕਿਤੇ ਇਹ ਮੁਲਾਜ਼ਮਤ ਫਸ ਨਾ ਜਾਵੇ ਅਸੀਂ ਆਪਣੇ ਵੱਲੋਂ ਪੱਕੇ ਕਰ ਦਈਏ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਾ ਕੇ ਜੇ ਮਸਲਾ ਫਸ ਜਾਂਦਾ ਹੈ ਤਾਂ ਇਹ ਤੁਹਾਡੇ ਨਾਲ ਕੱਚੇ ਮੁਲਾਜ਼ਮਾਂ ਦੇ ਨਾਲ ਧੋਖਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਅਹਿਮ ਗੱਲ ਇੱਥੇ ਆਖੀ ਗਈ ਹੈ ਤੀਜੀ ਜਾਣਕਾਰੀ ਭਗਵੰਤ ਮਾਨ ਨੇ ਦਿੱਤੀ ਹੈ ਉਸਾਰੀ ਕਾਮਿਆਂ ਨੂੰ ਲੈ ਕੇ ਭਗਵੰਤ ਮਾਣੇ ਦੱਸਿਆ ਕਿ ਸਾਡੀ ਸਰਕਾਰ ਦੇ ਵੱਲੋਂ ਜਿਹੜੇ ਉਸਾਰੀ ਕਾਮੇ ਨੇ ਜਿੱਥੇ ਕੰਸਟਰਕਸ਼ਨ ਦਾ ਵਰਕ ਚੱਲਦਾ ਏ ਜਿਹੜੇ ਉੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਦੀ ਆਮਦਨ ਦੇ ਵਿੱਚ 10% ਦੇ ਕਰੀਬ ਸਾਡੀ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਇਹ ਵਾਅਦਾ 1 ਸਤੰਬਰ ਤੋਂ ਲਾਗੂ ਮੰਨਿਆ ਜਾਵੇਗਾ ਅਤੇ ਹੁਣ ਪੰਜਾਬ ਦੇ ਵਿੱਚ ਇਸ ਵੇਲੇ 6 ਲੱਖ 30 ਹਜ਼ਾਰ ਦੇ ਕਰੀਬ ਰਜਿਸਟਰਡ ਉਸਾਰੀ ਕਾਮੇ ਨੇ ਜਦੋਂ ਵੀ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਦੋ ਰਜਿਸਟਰਡ ਕਾਮਿਆਂ ਨੂੰ ਹੀ ਸਹੂਲਤਾਂ ਮਿਲਦੀਆਂ ਨੇ ਕਰਕੇ ਸਾਡੀ ਸਰਕਾਰ ਦੇ ਵੱਲੋਂ ਇਹ ਟੀਚਾ ਮਿੱਥਿਆ ਗਿਆ ਹੈ ਕਿ ਬਾਕੀ ਉਸਾਰੀ ਕੰਮਿਆਂ ਨੂੰ ਵੀ ਸਰਕਾਰੀ ਖਰਚੇ ਦੇ ਵਿੱਚ ਰਜਿਸਟਰਡ ਕੀਤਾ ਜਾਵੇਗਾ ਭਗਵੰਤ ਮਾਨ ਕਹਿੰਦੇ ਨੇ ਰਜਿਸਟਰਡ ਹੂੰਦਲੀ ਸੁਵਿਧਾ ਕੇਂਦਰਾਂ ਦੇ ਵਿੱਚ ਜਾਣਾ ਪੈਂਦਾ ਸੀ ਉੱਥੇ ਜਾ ਕੇ ਫਿਰ ਸਬਦਾਂ ਕੇਂਦਰ ਵਾਲੇ ਅੱਜ ਆਇਓ ਕੱਲ੍ਹ ਆਇਓ ਇਹ ਕਾਗਜ਼ ਲੈ ਕੇ ਆਓ ਉਹ ਕਾਗਜ਼ ਲੈ ਕੇ ਆਓ ਤਿੰਨ ਦਿਨ ਲੱਗ ਜਾਂਦੇ ਸਨ ਜਿਹੜਾ ਬੰਦਾ ਦਿਹਾੜੀ ਕਰਕੇ ਰੋਟੀ ਖਾਂਦਾ ਏ ਉਹ ਤਿੰਨ ਦਿਨ ਬਰਬਾਦ ਨਹੀਂ ਕਰ ਸਕਦਾ ਇਸ ਕਰਕੇ ਸਾਡੀ ਸਰਕਾਰ ਨੇ ਫੈਸਲਾ ਲਿਆ ਹੈ ਸਰਕਾਰ ਉਹ ਸਾਰੀ ਕਾਮਿਆਂ ਦੇ ਕੋਲ ਜਾਏਗੀ ਅਤੇ ਉਹਨਾਂ ਨੂੰ ਸਰਕਾਰੀ ਖਾਤੇ ਵਿੱਚ ਰਜਿਸਟਰਡ ਕਰੇਗੀ ਅਸੀਂ ਕਰਾਂਗੇ ਇੰਜ ਪਿੰਡਾਂ ਦੇ ਵਿੱਚ ਜਾਵਾਂਗੇ ਮੁਹੱਲਿਆਂ ਦੇ ਵਿੱਚ ਜਾਵਾਂਗੇ ਲੇਬਰ ਚੌਂਕਾਂ ਤੇ ਜਾਵਾਂਗੇ ਜਿੱਥੇ ਉਹ ਸਾਰੀਆਂ ਚੱਲਦੀਆਂ ਨੇ ਉੱਥੇ ਜਾ ਕੇ ਆਪਸ ਸਰਕਾਰੀ ਅਧਿਕਾਰੀ ਜਾ ਕੇ ਸਰਕਾਰੀ ਕਰਮਚਾਰੀ ਜਾ ਕੇ ਉਹ ਸਾਰੀ ਕੰਮਿਆ ਨੂੰ ਰਜਿਸਟਰ ਕਰਨਗੇ ਤਾਂ ਜੋ ਇੰਨੀਆਂ ਸੁਵਿਧਾਵਾਂ ਨੇ ਉਂਗਲਾਂ ਤੇ ਗਿਣੀਆਂ ਨਹੀਂ ਜਾ ਸਕਦੀਆਂ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਮਾਨ ਨੇ ਦੱਸਿਆ ਉਹ ਸਾਰੀ ਕੰਮਿਆ ਨੂੰ ਇੰਨੀਆਂ ਸੁਵਿਧਾਵਾਂ ਮਿਲਦੀਆਂ ਨੇ ਕਿ ਜਿਨ੍ਹਾਂ ਨੂੰ ਗਿਣਿਆ ਵੀ ਨਹੀਂ ਜਾ ਸਕਦਾ ਇਹ ਪਰ ਉਸ ਦੇ ਲਈ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ ਸਾਡੀ ਸਰਕਾਰ ਦੇ ਵੱਲੋਂ ਟੀਚਾ 10 ਲੱਖ ਦਾ ਰੱਖਿਆ ਗਿਆ ਹੈ ਅਤੇ ਉਹਨਾਂ ਸਾਰੇ ਉਹ ਸਾਰੀ ਕੰਮਿਆ ਨੂੰ ਰਜਿਸਟਰਡ ਕਰਨ ਦਾ ਕੰਮ ਸਾਡੀ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਇਹ ਵੀ ਅਹਿਮ ਗੱਲ ਮੁੱਖ ਮੰਤਰੀ ਦੇ ਵੱਲੋਂ ਆਖ ਦਿੱਤੀ ਗਈ ਹੈ ਚੌਥੀ ਗੱਲ ਆਖੀ ਹੈ ਸੈਂਟਰ ਦੀਆਂ ਸਕੀਮਾਂ ਨੂੰ ਲੈ ਕੇ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਅਜਹੀਆਂ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਲਗਭਗ ਸਾਰਾ ਹੀ ਪੈਸਾ ਕੇਂਦਰ ਸਰਕਾਰ ਦੇ ਵੱਲੋਂ ਪਾਇਆ ਜਾਂਦਾ ਹੈ ਮੰਨ ਲਓ ਕੋਈ ਸਕੀਮ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਕਹਿੰਦੀ ਹੈ ਕਿ 90% ਦੀ ਪਾਵਾਂਗੇ ਅਸੀਂ 10% ਦੀ ਪਾਓ ਤੁਸੀਂ ਪਿਛਲੀਆਂ ਸਰਕਾਰਾਂ ਇੰਜ ਕਰਦੀਆਂ ਸਨ 10% ਦੀ ਵੀ ਨਹੀਂ ਪਾਉਂਦੀਆਂ ਸਨ 90% ਦੀ ਵੀ ਮੁੜ ਜਾਂਦਾ ਸੀ ਹੁਣ ਸਾਡੀ ਸਰਕਾਰ ਦੇ ਵੱਲੋਂ ਇਹ ਹੀਲਾ ਕੀਤਾ ਜਾਣ ਲੱਗਾ ਪਿਆਏ ਕਿ ਸਰਕਾਰੀ ਪੈਸਾ ਕੇਂਦਰ ਦਾ ਮੁੜਨਾ ਨਹੀਂ ਦੇਣਾ ਭਾਵੇਂ 80 ਪੈਸੇ ਪਾਵੇ ਕੇਂਦਰ ਸਰਕਾਰ 20 ਪੈਸੇ ਸਾਨੂੰ ਪਾਉਣੇ ਪੈਣਾ ਭਾਵੇਂ 90 ਵਾਲਾ ਕੰਮ ਹੋਵੇ ਭਾਵੇਂ 85% ਵਾਲਾ ਕੰਮ ਹੋਵੇ ਪਰ ਕੇਂਦਰ ਸਰਕਾਰ ਦਾ ਪੈਸਾ ਮੜਨ ਨਹੀਂ ਦੇਾਂਗੇ ਆਪਣੇ ਕੋਲੋਂ ਜਿੰਨੇ ਰਹਿੰਦੇ ਪੈਸੇ ਨੇ ਪੰਜਾਬ ਸਰਕਾਰ ਦੇ ਖਾਤੇ ਚੋਂ ਉਹ ਪਾਵਾਂਗੇ ਅਤੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਹੂਲਤਾਂ ਵੀ ਅਸੀਂ ਜ਼ਰੂਰ ਦੇਾਂਗੇ ਪਿਛਲੀਆਂ ਸਰਕਾਰਾਂ ਵਾਲਾ ਕੰਮ ਆਪਾਂ ਨਹੀਂ ਕਰਨਾ ਹੈ ਭਗਵੰਤ ਮਾਨ ਨੇ ਜਾਣ ਕਰ ਦਿੱਤੀ ਕਿ ਪਹਿਲਾਂ ਜਿਹੜੀਆਂ ਸਰਕਾਰਾਂ ਸਨ ਕੇਂਦਰ ਸਰਕਾਰ ਦੇ ਵੱਲੋਂ ਪੈਸਾ ਆ ਜਾਂਦਾ ਸੀ ਉਹ ਪਿਆਰ ਦਾ ਸੀ ਅੱਗੇ ਤੋਂ ਫਿਰ ਕੇਂਦਰ ਸਰਕਾਰ ਪੈਸਾ ਦਿੰਦੀ ਨਹੀਂ ਹੈ ਕਿ ਪਹਿਲਾ ਪੈਸਾ ਤੁਹਾਨੂੰ ਦਿੱਤਾ ਸੀ ਉਹ ਤਾਂ ਤੁਸੀਂ ਲੋਕਾਂ ਨੂੰ ਦਿੱਤਾ ਨਹੀਂ ਹੈ ਪਰ ਅਸੀਂ ਇੰਜ ਨਹੀਂ ਕਰਾਂਗੇ ਅਸੀਂ ਲੋਕਾਂ ਤੱਕ ਕੇਂਦਰ ਸਰਕਾਰ ਦੀਆਂ ਸਕੀਮਾਂ ਵੀ ਪਹੁੰਚਾਵਾਂਗੇ ਕੇਂਦਰ ਦਾ ਪੈਸਾ ਪੰਜਾਬ ਦੇ ਵਿੱਚੋਂ ਮੁੜਨ ਨਹੀਂ ਦੇਵਾਂਗੇ ਇਹ ਵੀ ਦਾਵਾ ਕੀਤਾ ਗਿਆ ਹੈ ਮੁੱਖ ਮੰਤਰੀ ਦੇ ਵੱਲੋਂ ਅਗਲੀ ਗੱਲ ਭਗਵੰਤ ਮਾਨ ਦੇ ਵੱਲੋਂ ਆਖੀ ਗਈ ਹੈ ਪੀ ਡਬਲਯੂ ਡੀ ਅਤੇ ਬਿਜਲੀ ਮਹਿਕਮੇ ਨੂੰ ਭਗਵੰਤ ਮਾਨ ਕਹਿੰਦੇ ਨੇ ਇਹ ਦੋਵੇਂ ਵਿਭਾਗ ਮੈਂ ਅੱਜ ਇੱਥੇ ਇਕੱਠੇ ਨੇ ਮੈਂ ਇਹਨਾਂ ਨੂੰ ਹਦਾਇਤਾਂ ਦੇਣਾ ਚਾਹੁੰਦਾ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹ ਮਜ਼ਾਕ ਉਡਾਇਆ ਜਾਂਦਾ ਹੈ ਕਿ ਮੰਨ ਲਓ ਸੜਕ ਬਣ ਰਹੀ ਹੈ ਪੀਡਬਲਿਊਡੀ ਵਿਭਾਗ ਮਹਕਮਾ ਸੜਕ ਬਣਾ ਰਿਹਾ ਹੈ ਪਿੱਛੇ ਹੀ ਉਹਨਾਂ ਦੇ ਬਿਲਕੁਲ ਖੜਾ ਹੁੰਦਾ ਹੈ ਬਿਜਲੀ ਵਾਲਾ ਮਹਕਮਾ ਕਿ ਤੁਸੀਂ ਸੜਕ ਬਣਾਓ ਅਸੀਂ ਥੱਲੇ ਤਾਰਾਂ ਪਾਉਣ ਦੇ ਲਈ ਹੁਣੇ ਸੜਕ ਨੂੰ ਪੁੱਟਣਾ ਹੈ ਹੁਣ ਪੀਡਬਲਿਊਡੀ ਅਤੇ ਬਿਜਲੀ ਮਹਕਮੇ ਨੂੰ ਹਦਾਇਤਾਂ ਭਗਵੰਤ ਮਾਨ ਨੇ ਇਹ ਦੇ ਦਿੱਤੀਆਂ ਆਉਣ ਕੈਮਰਾ ਹਤੇ ਤਾਂ ਇਹ ਦਿੱਤੀਆਂ ਕਿ ਆਪਸ ਦੇ ਵਿੱਚ ਗਾਲੀ ਕਰ ਲਿਆ ਕਰੋ ਕਿ ਅਸੀਂ ਇੱਥੇ ਸੜਕ ਬਣਾਉਣੀ ਹੈ ਅਸੀਂ ਇੱਥੇ ਤਾਰਾਂ ਪਾਉਣੀਆਂ ਨੇ ਆਪਸ ਵਿੱਚ ਤਾਲਮੇਲ ਰੱਖੋ ਤਾਂ ਜੋ ਇੰਜ ਨਾ ਹੋਵੇ ਕਿ ਸਵੇਰੇ ਸੜਕ ਬਣੀ ਹੈ ਚਾਮ ਨੂੰ ਬਿਜਲੀ ਮਹਿਕਮੇ ਵਾਲੇ ਆ ਕੇ ਤਾਰਾਂ ਪਾਉਣ ਲਈ ਸੜਕ ਨੂੰ ਪੁੱਟ ਦਿੰਦੇ ਨੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਸ ਵਿੱਚ ਤਾਲਮੇਲ ਕਰਕੇ ਚੱਲਾਂਗੇ ਇਹ ਐਲਾਨ ਵੀ ਇੱਥੇ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਗਲਾ ਐਲਾਨ ਉਹਨਾਂ ਦੇ ਵੱਲੋਂ ਇਹ ਕੀਤਾ ਗਿਆ ਹੈ ਕਿ ਅਸੀਂ ਜਿਹੜਾ ਭ੍ਰਿਸ਼ਟਾਚਾਰ ਵਿਰੋਧੀ ਮੋਬਾਈਲ ਨੰਬਰ ਜਾਰੀ ਕੀਤਾ ਹੈ ਉਸ ਨੂੰ ਲੈ ਕੇ ਕੁਝ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡ ਲਗਾ ਤੇ ਗੈਨੇਕੇ ਅੰਦਰ ਮੋਬਾਈਲ ਲੈ ਜਾਣਾ ਮਨਾ ਹੈ ਕਹਿੰਦੇ ਨੇ ਸਾਡੀ ਸਰਕਾਰ ਨੇ ਹੁਣ ਇਹ ਰੂਲ ਬਣਾ ਦਿੱਤਾ ਹੈ ਇਹ ਨਿਯਮ ਬਣਾ ਦਿੱਤਾ ਹੈ ਕਿ ਜੇ ਸਰਕਾਰੀ ਦਫਤਰ ਦੇ ਬਾਹਰ ਇਹ ਲੈ ਕੇ ਲਾਇਆ ਗਿਆ ਹੋਇਆ ਉਸ ਸਰਕਾਰੀ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਮੰਨਿਆ ਜਾਵੇਗਾ ਕਿ ਉਹ ਅਧਿਕਾਰੀ ਫਿਰ ਅੰਦਰ ਬੈਠ ਕੇ ਪ੍ਰੇਸ਼ਟਾਚਾਰ ਕਰਦਾ ਏ ਇਸੇ ਕਰਕੇ ਹੀ ਉਸਨੇ ਮੋਬਾਈਲ ਨੂੰ ਮਨਾ ਕਰ ਦਿੱਤਾ ਏ ਸਾਡੀ ਸਰਕਾਰ ਦੇ ਵੱਲੋਂ ਇਹ ਫੈਸਲਾ ਵੀ ਇੱਥੇ ਲਿਆ ਗਿਆ ਹੈ 7ਵੀਂ ਗੱਲ ਆਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਇਸ ਵਾਰ ਦਾ G20 ਸੰਮੇਲਨ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਇਸ ਦੇ ਵਿੱਚ ਦੁਨੀਆ ਦੇ ਵੱਡੇ ਵੱਡੇ 20 ਮੁਲਕ ਹਿੱਸਾ ਲੈਣਗੇ ਅਤੇ ਉਹਨਾਂ ਨੂੰ ਅਸੀਂ ਪੰਜਾਬ ਵੀ ਘੁਮਾਵਾਂਗੇ ਵੱਖ-ਵੱਖ ਜਗ੍ਹਾ ਤੇ ਲੈ ਕੇ ਜਾਵਾਂਗੇ ਜਿਵੇਂ ਕਿ ਸ਼੍ਰੀ ਦਰਬਾਰ ਸਾਹਿਬ ਲੈ ਕੇ ਜਾਵਾਂਗੇ ਵਾਗਾ ਬਾਰਡਰ ਲੈ ਕੇ ਜਾਵਾਂਗੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਨੂੰ ਆਪਣਾ ਵਿਰਸਾ ਵਿਖਾਵਾਂਗੇ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪੰਜਾਬ ਮਸ਼ਹੂਰ ਹੋ ਜਾਵੇਗਾ ਇਸ ਦਾ ਕਾਫੀ ਫਾਇਦਾ ਪੰਜਾਬ ਨੂੰ ਹੋ ਸਕਦਾ ਹੈ 8ਵੀਂ ਗੱਲ ਭਗਵੰਤ ਮਾਨ ਨੇ ਆਖੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਉਦਯੋਗ ਲਿਆ ਰਹੇ ਹਾਂ ਟਾਟਾਜ਼ ਡੀਲ ਦਾ ਇੱਕ ਵੱਡਾ ਪਲਾਂਟ ਭਾਰਤ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਪੰਜਾਬ ਦੇ ਲੁਧਿਆਣੇ ਦੇ ਵਿੱਚ ਲੱਗਣ ਜਾ ਰਿਹਾ ਹੈ ਪਹਿਲਾ ਉਹਨਾਂ ਦਾ ਲੱਗਾ ਹੋਇਆ ਹੈ ਜਮਸ਼ੇਦਪੁਰ ਦੇ ਵਿੱਚ ਅਤੇ ਦੂਜਾ ਪਲਾਂਟ ਲੱਗਣ ਜਾ ਰਿਹਾ ਹੈ ਲੁਧਿਆਣੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਉਦਯੋਗ ਆਉਣ ਉਸ ਦੇ ਨਾਲ ਨੌਕਰੀਆਂ ਮਿਲਗੀਆਂ ਸਾਡੀ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਜਾ ਰਹੀ ਹੈ ਨਵੀਂ ਗੱਲ ਆਖੀ ਕਿ ਪ੍ਰੋਸੈਸਿੰਗ ਪਲਾਂਟ ਲਾਵਾਂਗੇ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਨੇ ਉਹ ਕਾਟੀਆਂ ਦੇ ਭਾਅ ਵਿਕਦੀਆਂ ਨੇ ਮੰਡੀਆਂ ਦੇ ਵਿੱਚ ਇਸ ਕਰਕੇ ਪ ਦੇ ਵਿੱਚ ਹੀ ਪ੍ਰੋਸੈਸਿੰਗ ਪਲਾਂਟ ਲਾਵਾਂਗੇ ਉਹਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਅ ਵਧੇਗਾ ਜਿਵੇਂ ਕਿ ਇੱਕ ਆਲੂ ਹੈ ਜਦੋਂ ਲੇਜ਼ ਵਾਲਿਆਂ ਦੇ ਕੋਲ ਪਹੁੰਚਦਾ ਹੈ ਉਹ ਹੋ ਜਾਂਦਾ ਹੈ ਇੱਕ ਆਲੂ 10 ਰੁਪਏ ਦਾ ਉਹਨਾਂ ਨੇ ਕੀਤਾ ਕੀ ਹੈ ਬਸ ਉਸ ਨੂੰ ਪ੍ਰੋਸੈਸ ਕਰਕੇ ਪੈਕ ਕਰ ਦਿੱਤਾ ਹੈ ਅਜੇ ਇਹ ਪ੍ਰੋਸੈਸਿੰਗ ਪਲਾਂਟ ਅਸੀਂ ਪੰਜਾਬ ਦੇ ਵਿੱਚ ਹੀ ਲਾਵਾਂਗੇ ਇਹ ਗੱਲ ਆਖੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਦਸਵੀਂ ਗੱਲ ਉਹਨਾਂ ਨੇ ਆਖੀ ਅਸੀਂ ਪੰਜਾਬ ਦਾ ਸਿਸਟਮ ਠੀਕ ਕਰਾਂਗੇ ਜਿਹੜੇ ਕੁਝ ਲੋਕ ਰਲ ਕੇ ਆਪਸ ਵਿੱਚ ਕੋਈ ਕਾਰੋਬਾਰ ਚਲਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਪਹਿਲੀਆਂ ਸਰਕਾਰਾਂ ਆ ਕੇ ਹਿੱਸੇ ਮੰਗਣ ਲੱਗ ਪੈਂਦੀਆਂ ਸਨ ਹੁਣ ਅਸੀਂ ਉਹਨਾਂ ਨੂੰ ਸਗੋਂ ਹੱਲਾਸ਼ੀਰ ਹੀ ਦੇਵਾਂਗੇ ਕਿ ਜੇਕਰ ਚਾਰ ਪੰਜ ਨੌਜਵਾਨ ਮਿਲ ਕੇ ਕੋਈ ਕੰਮ ਸ਼ੁਰੂ ਕਰਦੇ ਨੇ ਉਹਨਾਂ ਨੂੰ ਹੱਲਾਸ਼ੀਰ ਸਰਕਾਰ ਦੇਵੇਗੀ ਅਜਿਹਾ ਪੰਜਾਬ ਬਣਾ ਦੇਵਾਂਗੇ ਕਿ ਦੁਨੀਆ ਦੇ ਵਿੱਚ ਸੂਬੇ ਦੀਆਂ ਉਦਾਹਰਨਾਂ ਦਿੱਤੀਆਂ ਜਾਇਆ ਕਰਨਗੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀਆਂ 10 ਗੱਲਾਂ ਆਖ ਦਿੱਤੀਆਂ ਗਈਆਂ ਨੇ ਇੱਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੇ ਉਹ ਵੱਡੀਆਂ ਗੱਲਾਂ 10 ਗੱਲਾਂ ਆਖੀਆਂ ਨੇ ਇਹਨਾਂ ਬਾਰੇ ਤੁਹਾਡੀ ਕੀ رائے ਹੈ ਜੋ ਵੀ ਤੁਹਾਡੀ رائے ਹੈ ਕਮੈਂਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਤਰਾਹੀ ਹਰ ਖਬਰ ਨੂੰ ਪਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫਿਰ ਆਜਰੂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ